ਅਮੀ ਇੱਥੇ ਰੱਖਣੀ ਆ ਹੁਣ, ਇਹਨੂੰ ਬਾਹਰ ਨਿਕਾਲਣਾ ਸੀ ਇੱਥੋਂ, ਕਿਚਨ ਤੇ ਹੁਣ ਇਹਨੂੰ ਇੱਥੇ ਕਿਚਨ ਰੱਖ ਦੇਣੀ ਬੇਟੀ ਦੁਆਰਾ ਹੁਣ। ਹੋਰ ਇਹ ਕਿੱਥੇ ਰੱਖਣੀ ਹੈ, ਇਹ ਥਾਂ ਹੀ ਹੈ ਨਹੀਂ ਤੇਰੋ ਕੋਠੀ ਦੀ, ਇਹਨੂੰ ਕੋਈ ਰੱਖ ਦੇਣੀ ਹੈ। ਹੋਰ ਚਲੋ ਇੱਥੇ ਰੱਖ ਦੇ ਫਿਰ, ਉੱਥੇ ਚੀਜ਼ਾਂ ਚੁੱਕਾ ਰੱਖ ਲਵਾਂ, ਇੱਥੇ ਜਗ੍ਹਾ ਹੋ ਜਾਣੀ ਤੇ ਕਿ ਜਾਂਦੇ ਵੀ ਬਾਕੀ ਆ ਤੱਕਣੇ ਪੈ ਗਏ ਇਹ ਲਗਾਉਣੀਆਂ, ਇਹ ਦੇਖਣੀਆਂ ਮੈਂ ਮਿਸਤਰੀ ਦਾ ਬੰਦੋਬਸਤ ਕਰਦਾ ਹੈ, ਮਿਸਤਰੀ ਕੋਲ ਲੱਭ ਗਿਆ ਨਾ ਸਿੰਕ ਤੇ ਲਗਵਾ ਕੇ, ਸਿੰਕ ਦੇ ਨਾਲ ਬੈਕ ਸਾਈਡ ਤੇ ਦੀਵਾਰ ਦੇ ਨਾਲ ਲਗਾਉਣੀਆਂ ਹਜੇ ਮੈਂ। ਬੜਾ ਫਟਾ ਛੋਟਾ ਕੋਈ ਵਿਆਸ ਲੈਵਲ ਦਾ ਬਾਹਰ ਦੇਖਣੇ ਪੈਣੇ ਆ ਜੀ, ਪਰੇ ਨਹੀਂ ਪਰੇ ਬਰਾਬਰ ਰੱਖੇ ਉਰੇ ਬਦਲਣਾ ਪੈਣਾ ਆ, ਪਰ ਫਿਰ ਦੀਵਾਰ ਦੀਵਾਰ ਦੇ ਨਾਲ ਇਹ ਲੱਗਣੀ ਨਾ ਸਫਾਈ ਕਰਨ ਗਏ ਅੰਮੀ ਔਰ ਫਿਆਜ਼ ਭਾਈ, ਉਸ ਸਫਾਈ ਕਿੱਥੇ ਰੱਖਣਾ ਸੀ, ਮੈਂ ਟੀਕਾ ਬਾਹਰ ਨਿਕਾਲ ਲਿਆ ਸਮਾਨ ਦਾ, ਜਿਹੜਾ ਕਿਚਨ ਦਾ ਉੱਥੇ ਰੱਖ ਦਾਂਗੇ, ਦੂਸਰੀਆਂ ਚੀਜ਼ਾਂ ਰੱਖੀਆਂ ਸੀ ਉਹ ਦੂਸਰੀ ਜਗ੍ਹਾ 'ਤੇ ਰੱਖ ਦਾਂਗੇ, ਲੇਕਿਨ ਜਿਹੜਾ ਕਿਚਨ 'ਚ ਸਮਾਨ ਰੱਖਣਾ ਉਹ ਕਿਚਨ 'ਚ ਰੱਖਾਂਗੇ। ਉਹ ਹੁਣ ਪਹਿਲਾਂ ਹੋ ਗਿਆ, ਕਲਰ ਕੰਪਲੀਟ ਹੋ ਗਿਆ, ਸਿੰਕ ਲਗਾਉਣ ਲੈ ਗਿਆ ਮਿਸਤਰੀ ਭਾਈ, ਕੋਈ ਦਿਨ ਕੋਈ ਮਿਲ ਗਿਆ ਉਹ ਵੀ ਫਿੱਟ ਕਰਾਵਾਂਗੇ, ਨਾਲ ਲੱਗ ਗਈਆਂ ਸਚਿੰਗ ਦੀਆਂ ਪਲੇਟਾਂ ਜਿਹੜੀਆਂ ਉਹ ਵੀ ਨਾਲ ਲੱਗਦੀਆਂ ਲੱਗ ਜਾਣਗੀਆਂ। ਅੱਬੂ ਜੀ ਅੱਜ ਹਾਲ ਚਲਾ ਰਹੇ ਆ, ਅੱਲਾ ਅੱਲਾ ਕੰਮ 'ਚ ਖਤਮ ਨਹੀਂ ਹੋਇਆ ਹੈਗਾ, ਅਤੇ ਉਸ ਤੋਂ ਬਾਅਦ ਸਵੱਟਾ ਨਿਕਾਲਦੇ ਹਾਂ, ਹੁਣ ਅਸੀਂ ਪੱਠੇ ਕੁਤਰ ਲਈਏ, ਪੱਠੇ ਕੁਤਰਨੇ ਤੋਂ ਬਾਅਦ ਫਿਰ ਅਸੀਂ ਤੂੜੀ ਲੈ ਕੇ ਆਉਣੀ, ਤੂੜੀ ਲਿਆ ਕੇ ਮਾਲ ਪੱਠੇ ਪਾਉਣੇ ਆ, ਅਤੇ ਫਿਰ ਉੱਥੇ ਕੋ ਅੱਬੂ ਨੇ ਵਾਹੀ ਮੁਕੰਮਲ ਕਰ ਲੈਣੀ ਆ, ਅਤੇ ਫਿਰ ਅਸੀਂ ਵੱਟਾਂ ਨਿਕਾਲ ਕੇ ਮੱਥੇ ਬੰਨ੍ਹ ਕੇ, ਤਾਂ ਖੈਰ ਫਿਰ ਡੋਰੀ ਲੈ ਕੇ ਆਉਂਦੇ ਅਤੇ ਉਹ ਦਿੰਦੇ ਹਾਂ ਪੱਖਿਆਂ ਨੂੰ। ਮਜ਼ਦੂਰ ਭਾਈ ਮੈਨੂੰ ਸਾਡਾ ਆ ਗਿਆ ਅਤੇ ਉਹ ਪੱਠੇ ਟੋਕੇ 'ਤੇ ਕੁਤਰਦਾ ਪਿਆ, ਮੈਂ ਉਹ ਭਾਈ ਤੂੜੀ ਲਿਆਉਂਦੇ ਹਾਂ ਨਾਲ ਲੱਗਦੇ ਪਾ ਕੇ, ਅਤੇ ਫਿਰ ਦੂਸਰਾ ਕਰ ਲਵਾਂਗੇ, ਡੋਰੀ ਲੈ ਕੇ ਆਉਂਦੇ ਹਾਂ, ਡੇ ਜਾ ਡੋਰੀ ਦੇ ਦਾਂਗੇ ਸ਼ਾਮ ਨੂੰ। ਅਸੀਂ ਜਿਹੜੀਆਂ ਡਰਮੀਆਂ ਰੱਖੀਆਂ ਇਹ 'ਚ ਕਿੰਨੀਆਂ ਪੈ ਜਾਣੀਆਂ, ਅਤੇ ਫਿਰ ਸਿੰਕ ਬੈਠੋ ਨਾਲ ਲਾ ਖੈਰ ਕਰੇ, ਸੁਬਹ ਜਾਂ ਪਰਸੋਂ ਸ਼ੋਰ ਤੱਕ ਮਿਸਤਰੀ ਭਾਈ ਆਏਗਾ, ਅਤੇ ਫਿਰ ਸਿੰਕ ਵੀ ਆ ਥੱਲਿਓ ਜਿਸ ਤਰ੍ਹਾਂ ਗੇਟਾਂ ਚੱਕੀਆਂ ਇਸ ਤਰ੍ਹਾਂ ਚੱਕ ਕੇ, ਇੱਕ ਪੀਲੋ ਚਾਦਰੇ ਚੱਕ ਕੇ ਤੁਹਾਡੇ ਉੱਪਰ ਸਲੀਪ ਬਣਾ ਕੇ ਫਿਰ ਸਿੰਕ ਬੈਠ ਕਰਾਂਗੇ। ਜਿਹੜੇ ਪਹਿਲੀ ਇਕੱਲੀ ਸਲੀਪ ਬਣਾਏ ਸੀ ਝਰੀ ਨਹੀਂ ਮਾਰੇ ਸੀ, ਹੁਣ ਨਾਲ ਦੀ ਟੁੱਟ ਗਈ, ਇਸ ਲਈ ਹੁਣ ਫਿਰ ਮੈਂ ਕਿਹਾ ਚਾਰ ਦੋਰੇ ਚੁਕਾ ਕੇ ਚੱਲਿਆ ਚੀਜ਼ੀ, ਅਤੇ ਉਸ ਉੱਪਰ ਸਲੀਪ ਬਣਾਵਾਂਗੇ। ਅੰਮੀ ਜੀ ਉਹ ਮਿਸਤਰੀ ਵੀ ਆ, ਅੱਜ ਸੁਬਹ ਅੱਜ ਵਿਹਲੇ ਹੋਏ ਨਾ, ਸੁਬਹ ਮਿਸਤਰੀ ਉਹ ਬੁਲਾਵਾਂਗੇ, ਉਹ ਰਾਤੀ ਚੱਕਾਂਗੇ ਨਾ, ਤੇ ਬਾਹਰ ਰੱਖ ਦਾਂਗੇ, ਤੇ ਫਿਰ ਦੂਸਰਾ ਇਹ ਲਗਵਾ ਲਾਂਗੇ। ਮੈਂ ਕੀ ਹੋਰ ਲੈ ਕੇ ਆਉਣੀ, ਮੈਂ ਫਿਰ ਪਈਆਂ ਇਹਨਾਂ 'ਚ ਇਹ ਲਵਾ ਲੈਂਦੇ, ਬਲੈਕ ਲਗਾ ਲਾਂਗੇ, ਬਰਤਨ ਲਗਵਾ ਲਏ ਵੀ ਹੋਣ ਨਾ, ਕੋਈ ਮਾਸਾ ਪਾਸ ਬੰਦਾ ਨਾਲ ਲਾ ਜਾਂਦਾ। ਹਾਂਜੀ ਇਸ ਲਈ ਫਿਰ ਮੈਂ ਕੰਮ ਨਹੀਂ ਕਰਵਾਇਆ ਸੀਗਾ। ਅੱਛਾ ਵੀ ਬਾਈ ਹੁਣ ਦਾ ਕਲਰ ਕੰਪਲੀਟ ਹੋ ਗਿਆ, ਕਲਰ ਮਸ਼ਕਾ ਪੈਰਾ ਹੋ ਗਿਆ, ਅਤੇ ਹੁਣ ਬਾਈ ਉਹਨਾਂ ਨੂੰ ਫੀਲ ਜਿਹੜੀ ਪੇਮੈਂਟ ਰਹਿੰਦੀ ਉਹ ਵੀ ਕਰਦੀ ਉਹਨਾਂ ਦੀ, ਕੋਈ ਬਕਾਇਆ ਥੋੜ੍ਹੇ ਬਸਿਆ ਬਾਈ ਉਹਨਾਂ ਨੂੰ ਬਕਾਇਆ ਅਸੀਂ ਦੇ ਦਿੱਤੇ ਹੋਏ ਸੀ, ਬਾਈ ਕਹਿੰਦੇ ਥੋੜ੍ਹੇ ਦਿਨ ਤੱਕ ਨਾ ਅਸੀਂ ਇਹ ਕਰ ਦਾਂਗੇ ਕਲਰ ਇਹਨੂੰ ਵੀ ਬਲੈਕ। ਅੱਬੂ ਜੀ ਨੂੰ ਪੁੱਛ ਲਾਂਗੇ ਕਰਾਉਣਾ ਹੋਇਆ ਤਾਂ ਠੀਕ, ਨਹੀਂ ਤਾਂ ਫਿਰ ਅਗਰ ਬਾਹਰ ਲਈ ਅਸੀਂ ਕਰਨੀਆਂ ਹੋਈਆਂ ਤਾਂ ਉਹ ਫਿਰ ਆਪ ਸੁਥਨ ਕਰ ਲਾਂਗੇ, ਅਤੇ ਨਾਲ ਨੀਚਿਓਂ ਜਿਹੜੀ ਨੀਚੇ ਵਾਲਾ ਇਸ ਤਰ੍ਹਾਂ ਹੁੰਦਾ ਐਂਗਲ ਉਹ ਵੀ ਕਰਨਾ ਸੀ, ਉਹ ਆਪ ਖੁਦ ਕਰ ਲਾਂਗੇ, ਬਾਈ ਹੁਣ ਕਹਿ ਦਾਂਗੇ ਬਾਈ ਨੂੰ ਮਜਾਈ ਕਰਕੇ ਬਾਅਦ ਕਰ ਦੇਣਗੇ, ਛੱਟ ਲਮ ਕਮਲ ਕਰਾਉਣਾ ਤਾਂ ਬਾਈ ਹੁਣ ਕਰਾ ਲਾਂਗੇ, ਕਰਨਾ ਕਰਾਉਣਾ ਤਾਂ ਫਿਰ ਉਹਨਾਂ ਜਗ੍ਹਾ ਨੂੰ ਆਪ ਹੀ ਕਰ ਲਾਂਗੇ। ਅੱਛਾ ਰੰਗ ਦੋ ਕਿਲੋ ਬਸ ਗਿਆ, ਹਾਂਜੀ ਚਲੋ ਕੋਈ ਸਾਰੇ ਪਿਆ, ਸਾਰੇ ਪਿਆ ਕਿਲੋ ਕੁ ਲੱਗਾ, ਕਿਲੋ ਕੁ ਲੱਗਾ, ਹਾਂਜੀ ਚਲੋ ਕੋਈ ਨਹੀਂ ਫਿਰ ਉਹ ਵੀ ਕਿਸੇ ਕਿਸੇ ਕੰਮ, ਹਾਂਜੀ ਚਲੋ ਕੋਈ ਨਹੀਂ ਉਹ ਵੀ ਬਾਹਰ ਸ਼ਰੋ ਕਿਸੇ ਚੀਜ਼ ਨੂੰ ਮਰਾ ਦਾਂਗੇ, ਉਹ ਫਿਰ ਰੰਗ ਕਿਸੇ ਚੀਜ਼ ਕੁਆਲਿਟੀ ਜਾਂ ਕਿਸੇ ਚੀਜ਼ ਨੂੰ ਮਰਾ ਦਾਂਗੇ, ਹੈਰ ਮਰਾ ਦਾਂਗੇ। ਪੌੜੀਆਂ ਜਿਹੜੀਆਂ ਅਸੀਂ ਤਾਂ ਇਸ ਸਾਈਡ 'ਤੇ ਹੁਣ ਬਾਹਰ 'ਚ ਚਾਰ ਪਈਆਂ ਆਪਣੀਆਂ ਵੀ ਕਮਰੇ 'ਚ ਕਰਨੀਆਂ, ਹੁਣ ਦੁਆਰਾ ਦੇ ਨਾਲ ਥੋੜ੍ਹੇ 2-2 ਇੰਚ ਛੋੜ ਕੇ ਲਗਾ ਦਿੰਦੇ ਹਾਂ ਨਾਲ ਨਾਲ, ਇਹ ਅੱਬੂ ਰਾਤੀ ਦਾ ਕਰ ਲਵਾਂਗੇ ਫਿਰ ਰੋਟੀ ਰੋਟੀ ਖਾ ਕੇ ਨਾ,
ਫਿਰ ਮੌਸਮ ਸਾਹਿਬ ਤੇ ਨੇਲਾ ਮਾਰ ਕੇ ਤੇ ਫਿਰ ਇਹਨੂੰ ਨਾਠੇ ਲਾਉਂਦੇ ਆ। ਆ ਜਾਓ ਫਿਰ ਅਜੇ ਮੈਂ ਪਾਣੀ ਭਰ ਦਿਓ ਤੁਸੀਂ ਨਾਲ ਗਰਮ ਪਾਣੀ ਤੇ ਫਿਰ ਬਾਅਦ ਚ ਕਰ ਲਾਂਗੇ ਸਾਫ਼ ਸਫਾਈ ਕਰਨ ਲਈ ਸਫਾਈ ਕਰਕੇ ਨਾ ਕੁੜੀਆਂ ਪੈ ਨਾਲ ਲਗਾਵਾਂਗੇ। ਲੈਟ ਹੋ ਗਏ ਸੀ ਆਟਾ ਗੁੰਨ ਲਿਆ ਕੋਨੇ ਵਾਲਾ ਅੱਛਾ ਗੋਭੀ ਨੂੰ ਤੜਕਾ ਲਗਾਉਣ ਲੱਗੇ ਆ ਤੜਕਾ ਲਗਾ ਲਓ ਠੀਕ ਹੋ ਗਿਆ ਤੜਕਾ ਲਗਾ ਲਓ ਤੇ ਰੋਟੀਆਂ ਪਾਉਣੀਆਂ ਅਜੇ ਆਟਾ ਆਟਾ ਗੁੰਨ ਲਿਆ ਹੋਇਆ ਨਾ ਮੈਂ ਤਵੀ ਧੋ ਲਿਆ ਵਾ ਫਿਰ ਤਵੀ ਉੱਪਰ ਕਲਰ ਲਗਾ ਹੋਇਆ ਮੈਂ ਧੋ ਲਿਆ ਨਹੀਂ ਮੈਂ ਕਿਹਾ ਸੀ ਡਬਲ ਕੋਟ ਕਰਿਓ ਡਬਲ ਕੋਟ ਕਰਾਇਆ ਕੋਈ ਨੀ ਮੈਂ ਧੋ ਲਿਆ ਨਾ ਦੋ ਮਿੰਟ ਲੱਗਣਾ ਕੱਚਾ ਰੰਗ ਉੱਤਰ ਜਾਣਾ ਮੈਂ ਧੋ ਲਿਆ ਬਾਹਰ ਇਹਨੂੰ ਚਲੋ ਕੋਈ ਸੁਬਹ ਗਾਜਰਾਂ ਸੁਬਹ ਪਕਾ ਲਿਓ ਗਾਜਰਾਂ ਪਿਆ ਸੀ ਗਾਜਰਾਂ ਨਾ ਪਕਾਇਓ ਗਾਜਰਾਂ ਕਿਸੇ ਖਾਖੋ ਹੈਗੀ ਫਿਰ ਤੇ ਸੁਬਹ ਕੁਛ ਨਹੀਂ ਸੁਬਹ ਪਕਾਇਓ ਚਲੋ ਸ਼ਹਿਰ ਤੋਂ ਸੁਬਹ ਨਹੀਂ ਆਇਆ ਸ਼ਹਿਰ ਤੁਸੀਂ ਪਾਣੀ ਦੀ ਵਾਰੀ ਚਾਹ ਪਾਣੀ ਵਿੱਚ ਚਾਹੀਦਾ ਹੈ ਪਾਣੀ ਲਾਉਣਾ ਪਰਸੋਂ ਜੁਮਾ ਹਫ਼ਤੇ ਚਲੇ ਬਥੇਰੇ ਤੁਸੀਂ ਹਫ਼ਤੇ ਦੇ ਸਮਾਨ ਲੈ ਲਾਂਗੇ ਜਾ ਕੇ ਸੁਬਹ ਅਸੀਂ ਬੋਰ ਚ ਮੰਦੇ ਤਿੰਨ ਜਾਣੇ ਤੁਸੀਂ ਇਸ ਤਰ੍ਹਾਂ ਕਰੋ ਸੁਬਹ ਤੁਸੀਂ ਜਾਣਾ ਚਾਹੋ ਸੁਬਹ ਮਾਂ ਪਿੱਛੇ ਚਾਹ ਪਾਣੀ ਚਾਹੀਦਾ ਰੋਟੀ ਵੀ ਚਾਹੀਦੀ ਹੈ ਸੁਬਹ ਅੱਠ ਕਿੱਲੇ ਪਿੱਛੇ ਹਰ 8 ਕਿੱਲੇ ਪਿੱਛੇ ਬਣਦਾ ਪਿਆ ਸੁਬਹ ਕੱਢਣਾ ਕੋਸ਼ਿਸ਼ ਲਾ ਖੈਰ ਕਰੇ ਸਾਰੀ ਕੋਸ਼ਿਸ਼ ਸਾਰੀ ਬਾਰੀ ਕੋਈ ਰੱਖਣੀ ਆ ਗਈ ਬਾਰੀ ਤੇ ਆ ਗਈ ਪਹਿਲੀ ਕਣਕ ਬੀਜੀ ਉਹ ਤਾਂ ਪੱਠੇ ਆ ਗਏ ਨੀ ਮਜ਼ਦੂਰ ਲਗਾਉਣ ਨਾਲ ਆਪ ਰੋਟੀ ਵੀ ਤਾਜ਼ੀ ਚਾਹੀਦੀ ਆ ਤੇ ਚਾਹ ਪਾਣੀ 4-5 ਦਫ਼ਾ ਪੀਣਾ ਪੈਣਾ ਫਿਰ ਉਹ ਪੀਚਾ ਹੋਣਾ ਆ ਕੋਈ ਕੋਰ ਕਣਕ ਭਰਨੀ ਧਾਈ ਥੋੜੀ ਖਿਲਾਰਨੀ ਪੈ ਜਾਂਦੀ ਹੈ ਪੈਰ ਪੂਰਨ ਮਾਰਨਾ ਪੈਂਦਾ ਫਿਰ ਪੀਚਾ ਨਿਕਲਦਾ ਆ ਹਾਂਜੀ ਪੈਰ ਲੱਗਦਾ ਬਲੈਕ ਹੋਇਆ ਇਸ ਨੂੰ ਦਰਵਾਜ਼ੇ ਨੂੰ ਲੱਕੜਾ ਦਰਵਾਜ਼ੇ ਨੂੰ ਬਲੈਕ ਕਲਰ ਜ਼ਿਆਦਾ ਉੱਠਦਾ ਵੈਸੇ ਵੀ ਹਾਂਜੀ ਪਿਆਰਾ ਲੱਗਦਾ ਸਾਰਾ ਸਮਾਨ ਨੂੰ ਚੋੜ ਲਿਆ ਫਿਰ ਆਪਣਾ ਸਾਰਾ ਸਮਾਨ ਚੋੜ ਲਿਆ ਸਾਡੇ ਕਿਉਂਕਿ ਸਾਰਿਆਂ ਦੀ ਇਹ ਥੋੜ੍ਹਾ ਕੱਢਣਾ ਵੱਢਣਾ ਪੈਣਾ ਸਿੰਕ ਫਿੱਟ ਹੋ ਗਿਆ ਜੀ ਸੈਟਿੰਗ ਫੇ ਹੋਏਗੀ ਅਸੀਂ ਚਲੋ ਕੋਈ ਨਹੀਂ ਬਸ ਜਿਹੜਾ ਹੋ ਗਿਆ ਫਿੱਟ ਬਸ ਫਿੱਟ ਹੋ ਗਿਆ ਬਸ ਹੁਣ ਜਿਹੜਾ ਘਾਟਾ ਵਾ ਮਸਜਿਦ ਹੋਇਆ ਵੀ ਕੁੰਜਿਆ ਜਾ ਗਿਆ ਸਿੰਕ ਹੋ ਗਿਆ ਲੱਗ ਗਿਆ ਫਿਰ ਆਸੇ ਪਾਸੇ ਸਾਰਾ ਇੱਧਰ ਆ ਜਾਣੀਆਂ ਦੀਵਾਰ ਦੇ ਨਾਲ ਨਾਲ ਚਲੋ ਕੋਈ ਨੀ ਮੇਰੀ ਬੋਜੂ ਸਾਬਦਾ ਵੇ